ਦੋਸਤੋ 2024 ਦੀਆਂ ਇਲੈਕਸ਼ਨਾਂ ਜਿਹੜੀਆਂ ਸੰਸਦ ਦੀਆਂ ਇਲੈਕਸ਼ਨਾਂ ਬਹੁਤ ਜਲਦ ਆ ਰਹੀਆਂ, ਜਿਹਦੇ ਵਿੱਚ ਵੱਖ ਵੱਖ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਆਪਣੇ ਆਪਣੇ ਇਲਾਕੇ 'ਚ ਉਤਾਰੇ ਜਾ ਰਹੇ ਆ। ਸੋ ਇਸੇ ਗੱਲ ਨੂੰ ਲੈ ਕੇ ਅਸੀਂ ਅੱਜ ਗੱਲ ਕਰਾਂਗੇ ਵੱਖ ਵੱਖ ਵਰਗਾਂ ਦੇ ਲੋਕਾਂ ਦੇ ਨਾਲ ਵੀ ਉਹ ਆਉਣ ਵਾਲੇ ਸਮੇਂ 'ਚ ਜਿਹੜਾ ਕਿਸ ਤਰ੍ਹਾਂ ਦਾ ਸੰਸਦ ਚਾਹੁੰਦੇ ਨੇ ਅਤੇ ਉਹਦੇ ਜੇ ਉਹ ਚਾਹੁੰਦੇ ਨੇ ਤਾਂ ਉਹ ਕਿਸ ਤਰ੍ਹਾਂ ਦਾ ਬਣਦਾ ਅਤੇ ਕੀ ਉਹਨਾਂ ਤੋਂ ਲੱਗਦਾ ਵੀ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਕਿਹੜਾ ਸੰਸਦ ਲੱਗ ਕੇ ਅਤੇ ਉਹਨਾਂ ਦੀਆਂ ਜਿਹੜੀਆਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਪੂਰਤੀ ਆ ਉਹ ਕਰੇ ਅਤੇ ਨਾਲ ਦੀ ਨਾਲ ਮੌਜੂਦਾ ਸੰਸਦ ਵੱਲੋਂ ਕੰਮ ਤੋਂ ਕੀਤੇ ਗਏ ਕੰਮਾਂ ਤੋਂ ਉਹ ਕਿੰਨਾ ਕੁ ਖੁਸ਼ ਨੇ ਜਾਂ ਉਹ ਕੀ ਚਾਹੁੰਦੇ ਨੇ ਜੋ ਉਹਨਾਂ ਨੇ ਕੀਤਾ। ਸੋ ਅਸੀਂ ਗੱਲ ਕਰਦੇ ਹਾਂ ਸਰਦਾਰ ਹੋਣੇ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਆਪਣਾ ਨਾਮ ਜੀ? ਸਰ, ਜਿਹੜਾ ਹੁਣ 2024 ਦੇ ਵਿੱਚ ਇਲੈਕਸ਼ਨ ਆ ਰਹੀ ਆ ਸੰਸਦ ਦੀ ਮੈਂਬਰ ਪਾਰਲੀਮੈਂਟ ਦੀ, ਅਤੇ ਤੁਸੀਂ ਆਪਣੇ ਹਲਕੇ ਦੇ ਵਿੱਚ ਕਿਹੋ ਜਿਹਾ ਸੰਸਦ ਚਾਹੁੰਦੇ ਹੋ? ਸਰ, ਸੰਸਦ ਤਾਂ ਹਰ ਕੋਈ ਬੰਦਾ ਹੀ ਕਹੇਗਾ ਕਿ ਮੈਂ ਅੱਛਾ ਸੰਸਦ ਚੱਲਣਾ ਹੈ ਜੀ, ਬਟ ਸਾਨੂੰ ਇਹ ਚੀਜ਼ ਇਵੈਲੂਏਟ ਕਰਨੀ ਪਏਗੀ ਬੀਇੰਗ ਅ ਰਿਸਪੋਂਸੀਬਲ ਸਿਟੀਜ਼ਨ ਆਫ ਦਾ ਇੰਡੀਆ, ਕਿ ਜਿਹੜਾ ਵੀ ਸਾਡਾ ਸੰਸਦ ਹੈ ਜੋ ਸਾਨੂੰ ਇਸ ਲਈ ਇੱਕ ਵਾਅਦੇ ਕਰ ਰਿਹਾ, ਉਹਨੇ ਜੋ ਪਿਛਲੀ ਵਾਰੀ ਵਾਅਦੇ ਕੀਤੇ ਸੀ ਉਹ 'ਤੇ ਕਿੰਨਾ ਪੁੱਖਤਾ ਰਿਹਾ ਜੀ, ਉੱਥੇ ਉਹਦੀ ਕਿੰਨੀ ਕੁ ਪੂਰਤੀ ਹੋਈ? ਅਸੀਂ ਕਿਸੇ ਵੀ ਪਰਟੀਕੁਲਰ ਬੰਦੇ ਦਾ ਨਾਮ ਨਾ ਵੀ ਲਈਏ, ਆਪਾਂ ਇੱਕ ਜਨਰਲ ਗੱਲ ਕਰੀਏ ਕਿ ਕੀ ਸਾਡੀ ਜਿਹੜੀ ਨਵੀਂ ਜਾਂ ਪੁਰਾਣੀ ਸਰਕਾਰ ਹੈ ਕੀ ਉਹ ਪੀਪਲ ਓਰੀਐਂਟਡ ਹੈਗੀ ਹੈ, ਕੀ ਉਹ ਇੰਪਲੋਇਮੈਂਟ ਓਰੀਐਂਟਡ ਹੈਗੀ ਹੈ, ਕੀ ਸਾਡਾ ਜਿਹੜਾ ਕੋਈ ਵੀ ਐਡਮਿਨਿਸਟ੍ਰੇਸ਼ਨ ਹੈ ਉਹ ਸਿਸਟਮ ਓਰੀਐਂਟਡ ਹੈਗਾ ਹੈ। ਠੀਕ ਹੈ, ਸਾਨੂੰ ਪਤਾ ਲੱਗਦਾ ਜੀ ਸੜਕਾਂ ਪੈ ਗਈਆਂ, ਸੜਕਾਂ ਪੈਣ ਤੋਂ 6 ਮਹੀਨੇ ਪਤਾ ਲੱਗਦੀ ਹੈ ਤਾਰਾਂ ਪੱਟੀਆਂ ਜੀ, ਸੜਕਾਂ ਫਿਰ ਪੱਟੀਆਂ ਪੈਣਗੀਆਂ ਜੀ। ਠੀਕ ਹੈ ਜੀ, ਸਾਨੂੰ ਪਤਾ ਲੱਗਦਾ ਜੀ ਕਿ ਸਾਡਾ ਜਿਹੜਾ ਉੱਦਮੀ ਹੈ, ਸਾਡਾ ਜਿਹੜਾ ਵਪਾਰਿਕ ਗੱਲ ਹੈ, ਸਾਡਾ ਜਿਹੜਾ ਬਿਜ਼ਨਸਮੈਨ ਹੈ, ਉਹਦੇ ਲਈ ਕਿਸੇ ਵੀ ਤਰੀਕੇ ਦੀ ਕੋਈ ਐਡੀਸ਼ਨਲ ਬਿਲਡਿੰਗ ਨਹੀਂ ਆਉਂਦੀ। ਸਾਡੇ ਜਿਹੜੇ ਵੀ, ਮੈਂ ਪੰਜਾਬ ਦੀ ਗੱਲ ਕਰਾਂ, ਲੁਧਿਆਣਾ ਇੱਕ ਐਸੀ ਸਿਟੀ ਹੈ, ਜਲੰਧਰ ਇੱਕ ਐਸੀ ਸਿਟੀ ਹੈ ਜਿਹੜੀ ਕਿ ਸਭ ਤੋਂ ਟੈਕਸ ਦਿੰਦੀ ਹੈ। ਠੀਕ ਹੈ, ਇੱਕ ਬੰਦਾ ਜੋ ਕਿ ਉੱਦਮੀ ਆ, ਬਿਜ਼ਨਸ ਕਰ ਰਿਹਾ, ਲੱਖਾਂ ਟੈਕਸ ਦੇ ਰਿਹਾ, ਉਹਦੇ ਵਾਸਤੇ ਗਵਰਨਮੈਂਟ ਦੀ ਕੋਈ ਕਿਸੇ ਤਰੀਕੇ ਦੀ ਵੀ ਕੋਈ ਨੀਤੀ ਨਹੀਂ ਜੀ, ਉਹਨੂੰ ਅਸੀਂ ਕੀ ਦੇਖਦੇ? ਸਭ ਤੋਂ ਮੇਜਰ ਗੱਲ ਸਾਡੇ ਲਈ ਇਹ ਹੈ ਕਿ ਸਾਡਾ ਸਟੂਡੈਂਟ ਵਰਗ ਹੈ ਉਹਨੂੰ ਅਸੀਂ ਕੀ, ਇਕੱਲਾ ਇੰਪਲੋਇਮੈਂਟ ਦਾ ਮਤਲਬ ਨੌਕਰੀ ਹੀ ਹੈ ਕਿ ਸਾਡਾ ਜਿਹੜਾ ਸਿਸਟਮ ਹੈ ਉਹ ਇਹ ਦੱਸ ਨਹੀਂ ਸਕਦਾ ਕਿ ਇੰਪਲੋਇਮੈਂਟ ਦਾ ਮਤਲਬ ਨੌਕਰੀ ਨਹੀਂ ਹੈ, ਇੰਪਲੋਇਮੈਂਟ ਦਾ ਮਤਲਬ ਚਰਿਆ ਹੈ ਕਿ ਜੀ ਉਹਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਦਿਨ ਚਰਿਆ ਕਰਨੀ, ਜੀਵਨ ਚਲਾਉਣਾ, ਉਹ ਨੌਕਰੀ ਹੋ ਸਕਦੀ, ਉਹ ਬਿਜ਼ਨਸ ਹੋ ਸਕਦਾ ਹੈ। ਸਾਡਾ ਐਜੂਕੇਸ਼ਨ ਸਿਸਟਮ, ਸਾਡਾ ਐਡਮਿਨ ਸਿਸਟਮ, ਇਹ ਸਾਰਾ ਹੀ ਇੱਕ ਸਟਰਕਚਰ ਓਰੀਐਂਟਡ ਹੋਣਾ ਚਾਹੀਦਾ ਹੈ, ਨਾ ਕਿ ਸਿਰਫ ਵਾਅਦਿਆਂ ਉੱਤੇ ਕਰਨ ਲੱਗੇ ਕਿ ਮੈਂ ਆਹ ਕਰਾਂਗਾ ਜੀ, ਮੈਂ ਉਹ ਕਰਾਂਗਾ। ਸਾਨੂੰ ਫ੍ਰੀ ਦੀ ਕੋਈ ਚੀਜ਼ ਨਹੀਂ ਚਾਹੀਦੀ ਜੀ, ਬਿਲਕੁਲ ਸਾਨੂੰ ਫ੍ਰੀ ਦੀ ਕੋਈ ਚੀਜ਼ ਨਹੀਂ ਚਾਹੀਦੀ, ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮੈਂ ਕਹਿ ਰਿਹਾ, ਨਾ ਹੀ ਮੈਨੂੰ ਮੋਬਾਈਲ ਡਾਟਾ ਫ੍ਰੀ ਚਾਹੀਦਾ, ਨਾ ਹੀ ਮੈਨੂੰ ਟੀਵੀ ਦਾ ਕਨੈਕਸ਼ਨ ਫ੍ਰੀ ਚਾਹੀਦਾ, ਨਾ ਹੀ ਮੈਨੂੰ ਆਟਾ ਫ੍ਰੀ ਚਾਹੀਦਾ, ਮੈਨੂੰ ਚਾਹੀਦਾ ਗਾ ਸਭ ਤੋਂ ਪਹਿਲੇ ਕਿ ਮੇਰੀ ਜੋ ਐਜੂਕੇਸ਼ਨ ਹੈ ਉਹਦੇ ਵਿੱਚ ਮੈਨੂੰ ਇਹ ਚੀਜ਼ ਸਿਖਾਈ ਜਾਵੇ ਕਿ ਮੈਂ ਸਟੈਂਡ ਕਿਸ ਤਰ੍ਹਾਂ ਲੈਣਾ। ਬਿਲਕੁਲ, ਸੋ ਮੇਰੀ ਤਾਂ ਇਹ ਅਪੀਲ ਰਹੇਗੀ ਆਪਣੀ ਜਨਤਾ ਨੂੰ ਕਿ ਉਸ ਇਨਸਾਨ ਨੂੰ ਚੁਣੋ ਜਿਹੜਾ ਕਿ ਤੁਹਾਨੂੰ ਭਵਿੱਖ ਦਿਖਾਵੇ, ਤੁਹਾਨੂੰ ਸਮੇਂ ਦੀ ਲੋੜ ਅਤੇ ਹਕੀਕਤ ਦਿਖਾਵੇ। ਬਹੁਤ ਬਹੁਤ ਧੰਨਵਾਦ ਜਸਪ੍ਰੀਤ ਜੀ। ਸੋ ਦੋਸਤੋ, ਇਹਨਾਂ ਨੇ ਬਹੁਤ ਵਧੀਆ ਅਸੀਂ ਗੱਲ ਕਰਦੇ ਹਾਂ, ਸਾਡੇ ਕੋਲ ਨੇ ਹੋਰ ਵਿਅਕਤੀ ਹੈ ਅਤੇ ਆਏ ਨੇ, ਉਹਨਾਂ ਦੇ ਨਾਲ ਵੀ ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ। ਸੰਸਦ ਚੌਧਰੀ ਸਰ, ਨਮਸਕਾਰ ਜੀ ਸਰ। ਸਰ, ਆਪਣਾ ਨਾਮ ਜੀ? ਸੰਜੀਵ। ਸਰ, ਜਿਹੜਾ 2024 ਦੀ ਇਲੈਕਸ਼ਨ ਆ ਰਹੀ ਹੈ ਸੰਸਦ ਦੀ, ਉਹਦੇ ਵਿੱਚ ਵੱਖ ਵੱਖ ਪਾਰਟੀਆਂ ਵੱਲੋਂ ਨੁਮਾਇੰਦੇ ਉਤਾਰੇ ਗਏ, ਤੁਸੀਂ ਕਿਸ ਤਰ੍ਹਾਂ ਦਾ ਸੰਸਦ ਜਿਹੜਾ ਆਪਣੇ ਹਲਕੇ ਦਾ ਦੇਖਣਾ ਚਾਹੁੰਦੇ ਹੋ ਜੀ? ਦੇਖੋ, ਭਾਰਤ ਦਾ ਬਹੁਤ ਇੰਪੋਰਟੈਂਟ ਇਲੈਕਸ਼ਨ ਹੈ ਔਰ ਇਸ ਵੇਲੇ ਵਿਸ਼ਵ ਗੁਰੂ ਜਿਹੜਾ ਬਣਨਾ ਭਾਰਤ ਨੇ, ਉਹਦੇ ਵਾਸਤੇ ਸਾਨੂੰ ਇੱਕ ਬਹੁਤ ਮਜ਼ਬੂਤ ਸੰਸਦ ਚਾਹੀਦੀ ਜਿਹਦੇ ਵਿੱਚ ਸੱਤਾਧਾਰੀ ਬਹੁਤ ਮਜ਼ਬੂਤ ਹੋਵੇ ਔਰ ਵਿਪਕਸ਼ ਵੀ ਮਜ਼ਬੂਤ ਚਾਹੀਦਾ, ਕਿਉਂਕਿ ਇਸ ਵੇਲੇ ਅਸੀਂ ਗੱਲ ਕਰੀਏ ਤਾਂ ਵਿਪਕਸ਼ ਜਿਹੜਾ ਉਹਦੀ ਭੂਮਿਕਾ ਕਿਤੇ ਨਾ ਕਿਤੇ ਗੌਣ ਹੁੰਦੀ ਜਾ ਰਹੀ ਹੈ। ਅੱਜ ਸੱਤਾ ਜਿਹੜੀ ਹੈ ਉਹ ਜਿਹੜਾ ਦਲ ਬਹੁਤ ਜ਼ਿਆਦਾ ਹਾਵੀ ਹੈ, ਸੋ ਬੈਲੈਂਸ ਬੜਾ ਜ਼ਰੂਰੀ ਹੈ। ਔਰ ਦੂਸਰੀ ਅਗਰ ਗੱਲ ਜਿਹੜੀ ਤੁਸੀਂ ਕੀਤੀ ਕਿ ਹੁਸ਼ਿਆਰਪੁਰ ਦੀ ਅਗਰ ਗੱਲ ਕਰੀਏ, ਤਾਂ ਹੁਸ਼ਿਆਰਪੁਰ ਦੀ ਰਿਪ੍ਰਜੈਂਟੇਸ਼ਨ ਇਹੋ ਜਿਹੀ ਹੋਣੀ ਚਾਹੀਦੀ ਕਿ ਜਿਹੜਾ ਵੀ ਬੰਦਾ ਚੁਣ ਕੇ ਆਏ ਉਹ ਹੁਸ਼ਿਆਰਪੁਰ ਦੇ ਮੁੱਦਿਆਂ ਨੂੰ ਸੰਸਦ ਵਿੱਚ ਰੱਖੇ। ਹੁਸ਼ਿਆਰਪੁਰ ਲਗਾਤਾਰ ਪਿਛਲੇ 25-30 ਸਾਲਾਂ ਤੋਂ ਬੈਕਵਰਡ ਡਿਸਟ੍ਰਿਕਟ ਦੇ ਤੌਰ 'ਤੇ ਜਾਣਿਆ ਜਾਂਦਾ, ਸੋ ਇਹ ਫਾਰਵਰਡ ਡਿਸਟ੍ਰਿਕਟ ਦੇ ਰੂਪ ਦੇ ਵਿੱਚ ਸਾਹਮਣੇ ਆਏ। ਬਹੁਤ ਵੱਡੀ ਕੋਈ ਇੰਡਸਟਰੀ ਮੇਜਰ, ਕਿਉਂਕਿ ਹਾਲਾਂਕਿ ਹੁਸ਼ਿਆਰਪੁਰ ਵਿੱਚ ਬਹੁਤ ਸਾਰੇ ਪਿਛਲੇ ਸਮੇਂ 'ਚ ਅਗਰ ਦੇਖੀਏ ਮੰਤਰੀ ਜਿਹੜੇ ਆ ਹੁਸ਼ਿਆਰਪੁਰ ਜ਼ਿਲ੍ਹਾ ਦਿੰਦਾ ਰਿਹਾ ਭਾਰਤ ਸਰਕਾਰ ਦੇ ਵਿੱਚ,
ਮਿਨਿਸਟਰ ਆਫ ਸਟੇਟ ਹੁਣ ਵੀ ਮੌਜੂਦਾ ਵੀ ਮੰਤਰੀ ਨੇ, ਲੇਕਿਨ ਹੁਸ਼ਿਆਰਪੁਰ ਜਿਹੜਾ ਉਹਦੇ ਡਿਵੈਲਪਮੈਂਟ ਦੀ ਅਗਰ ਗੱਲ ਕਰੀਏ ਤਾਂ ਉਹ ਕਿਤੇ ਨਾ ਕਿਤੇ ਹਜੇ ਤੱਕ ਪਿੱਛੇ ਚੀਜ਼ਾਂ ਹੈਗੀਆਂ। ਪਰ ਉਹ 'ਤੇ ਕੰਮ ਹੋਣਾ ਚਾਹੀਦਾ, ਜਿਹੜਾ ਵੀ ਬੰਦਾ ਚੁਣ ਕੇ ਆਏ ਉਹ ਹੁਸ਼ਿਆਰਪੁਰ ਦੇ ਵਿਕਾਸ ਵਾਸਤੇ, ਚਾਹੇ ਉਹ ਫੋਰੈਸਟਰੀ ਦੇ ਨਾਲ ਕੋਈ ਰਿਲੇਟਡ ਇੰਡਸਟਰੀ ਹੋਵੇ ਜਾਂ ਕੁਛ ਹੋਰ ਵੱਡਾ ਪ੍ਰੋਜੈਕਟ ਜਿਹੜਾ ਹੁਸ਼ਿਆਰਪੁਰ ਚਾਹੇ, ਤਾਂ ਕਿ ਹੁਸ਼ਿਆਰਪੁਰ ਜਿਹੜਾ ਇੱਕ ਵਿਕਸਿਤ ਜਿਹੜਾ ਜ਼ਿਲ੍ਹੇ ਦੇ ਤੌਰ ਦੇ ਉੱਤੇ ਦੇਸ਼ ਦੇ ਸਾਹਮਣੇ। ਬਹੁਤ ਬਹੁਤ ਧੰਨਵਾਦ ਸਰ ਸੰਜੀਵ ਸਰ। ਅਸੀਂ ਹੁਣ ਗੱਲ ਕਰਦੇ ਹਾਂ, ਹੋਰ ਵੀ ਸਾਡੇ ਕੋਲ ਸੱਜਣ ਆਏ ਨੇ, ਜਿੱਥੇ ਹੋਰ ਆਪਣੇ ਆਪਣੇ ਕੰਮਾਂ ਨੂੰ ਆਇਆ, ਦੇਖਦੇ ਹਾਂ ਵੀ ਉਹ 2024 ਦੇ ਇਲੈਕਸ਼ਨ ਦੇ ਸੰਬੰਧੀ ਸੰਸਦ ਕਿਹੋ ਜਿਹਾ ਚਾਹੁੰਦੇ ਨੇ। ਭਾਈ ਸਾਹਿਬ ਬੈਠੇ ਨੇ, ਗੱਲ ਕਰਦੇ ਹਾਂ ਕਿ ਜੀ ਕੀ ਕਹਿਣਾ ਚਾਹੁੰਦੇ ਹੋ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਤੇ ਦੱਸੇ ਠੀਕ ਹੈ ਜੀ ਤੁਹਾਡੀ। ਸਰ ਆਪਾਂ 2024 ਦੀ ਇਲੈਕਸ਼ਨ ਦੇ ਵਿੱਚ ਜਿਹੜੀ ਆ ਰਹੀ ਆ ਉਹਦੇ ਵਿੱਚ ਆਪਾਂ ਆਪਣੇ ਜਿਹੜਾ ਸੰਸਦ ਆ ਮੈਂਬਰ ਪਾਰਲੀਮੈਂਟ ਕਿਹੋ ਜਿਹਾ ਚਾਹੁੰਦੇ ਹੋ? ਸਰ ਅਸੀਂ ਜਿੱਦਾਂ ਜਥੇਦਾਰਾਂ ਨਾਲ ਰਹਿੰਦੇ ਹਾਂ ਜੀ, ਸਾਨੂੰ ਕੋਈ ਪੋਲਿਟੀ ਨਹੀਂ ਕਰਨਾ ਚਾਹੁੰਦੇ ਜੀ। ਅਸੀਂ ਤਾਂ ਲੋਕਾਂ ਦਾ ਕੰਮ ਕਰਨਾ ਚਾਹੁੰਦੇ ਹਾਂ ਜੀ, ਵੀ ਲੋਕ ਵਧੀਆ ਰਹਿਣ ਜੀ, ਜਿਹੜੇ ਕਤਲ ਹੁੰਦੇ ਪਏ ਆ ਇਹ ਰੁਕਣੇ ਚਾਹੀਦੇ ਆ ਜੀ। ਬਾਕੀ ਅਸੀਂ ਤਾਂ ਜਥੇਬੰਦੀਆਂ ਨਾਲ ਚੱਲਦੇ ਹਾਂ ਸਰ ਜੀ, ਪਾਰਟੀ ਵਿੱਚ ਨਹੀਂ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਬੜਾ ਬਰੀਫ ਦੇ ਵਿੱਚ ਦੱਸਿਆ ਉਹਨਾਂ ਦੀ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦਾ ਸੰਸਦ ਚਾਹੁੰਦੇ ਹੋ। ਭਾਈ ਸਾਹਿਬ ਵੀ ਉਹ ਕਿਸ ਤਰ੍ਹਾਂ ਦਾ ਸੰਸਦ ਚਾਹੁੰਦੇ ਨੇ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਭਾਈ ਸਾਹਿਬ ਆਪਾਂ ਲਿਵਿੰਗ ਇੰਡੀਆ ਤੋਂ ਆਪਾਂ ਜਿਹੜਾ 2024 ਦੇ ਵਿੱਚ ਗੱਲ ਚੱਲਦੀ ਆ ਸੰਸਦ ਦੀ, ਚੋਣ ਆਪਾਂ ਕਿਸ ਤਰ੍ਹਾਂ ਦਾ ਇੱਕ ਸੰਸਦ ਚਾਹੁੰਦੇ ਹੋ ਆਪਣੇ ਆਪ 'ਚ? ਸੰਸਦ ਇਹੀ ਚਾਹੁੰਦੇ ਜਿਹੜਾ ਪੜ੍ਹਿਆ ਲਿਖਿਆ ਹੋਵੇ ਜੀ, ਜਿਹੜੇ ਆਪਣੇ ਸ਼ਹਿਰ ਦਾ ਸੋਚ ਸਕੇ ਜੀ, ਅਤੇ ਵੱਧ ਤੋਂ ਵੱਧ ਇੱਥੇ ਟਾਈਮ ਲਾਵੇ। ਸਰ ਜਿਹੜਾ ਪਿਛਲੇ ਪਹਿਲੇ ਮੌਜੂਦਾ ਸੰਸਦ ਨੇ ਉਹਨਾਂ ਵੱਲੋਂ ਕੀਤੇ ਕੰਮਾਂ ਤੋਂ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ ਜੀ? ਇੱਕ ਠੀਕ ਹੈ ਜੀ ਜੀ, ਕਹਿ ਸਕਦੇ ਪਰ ਹੋਣੀ ਚਾਹੀਦੀ ਵੱਧ ਤੋਂ ਵੱਧ ਗਵਰਨਮੈਂਟ ਜਿੰਨੀ ਹੋ ਸਕਦੀ ਸੀ ਸ਼ਹਿਰ ਡਿਸਟ੍ਰਿਕਟ ਹੁਸ਼ਿਆਰਪੁਰ ਗਵਰਨਮੈਂਟ ਜਿੰਨੀ ਹੋਵੇ, ਇਹ ਸਭ ਤੋਂ ਪਿੱਛੇ ਰਹਿ ਗਿਆ ਡਿਸਟ੍ਰਿਕਟ ਬਾਕੀ ਸ਼ਹਿਰਾਂ ਦੇ, ਬਾਕੀ ਮਤਲਬ ਸ਼ਹਿਰਾਂ ਦੇ ਮੁਕਾਬਲੇ ਜਿਹੜਾ ਹੁਸ਼ਿਆਰਪੁਰ ਕਾਫੀ ਪਿੱਛੇ ਰਹਿ ਗਿਆ। ਅਤੇ ਤੁਸੀਂ ਚਾਹੁੰਦੇ ਹੋ ਕਿ ਕੋਈ ਵਧੀਆ ਸੰਸਦ ਜਿਹੜਾ ਆਵੇ ਅਤੇ ਜਿਹਦੇ ਨਾਲ ਸੰਸਦ ਵਧੀਆ ਜੀ ਜੀ, ਪੜ੍ਹੇ ਲਿਖੇ ਆ ਜੀ, ਕਈ ਵਾਰ ਉਹਦੀ ਸਹਿਯੋਗ ਨਹੀਂ ਮਿਲਦਾ, ਪਰ ਫਿਰ ਵੀ ਆਉਣ ਵਾਲੇ ਸੰਸਦ ਆਪਾਂ ਕੋਲੋਂ ਵਧੀਆ ਜਿਹੜੇ ਕੰਮ ਕਰਨਾ ਹੁਸ਼ਿਆਰਪੁਰ ਦਾ। ਬਹੁਤ ਬਹੁਤ ਧੰਨਵਾਦ ਜੀ ਸਰ। ਦੋਸਤੋ ਅਸੀਂ ਹੁਣ ਗੱਲ ਕਰਦੇ ਹਾਂ ਸਾਡੇ ਨਾਲ ਹੋਰ ਜਿੱਥੇ ਜਿਹੜੇ ਆ ਜਿਹਦੇ ਵਿੱਚ ਆਏ ਆ, ਅਤੇ ਉਹਨਾਂ ਨਾਲ ਅਸੀਂ ਗੱਲ ਕਰਕੇ ਦੇਖਦੇ ਹਾਂ ਕਿ ਉਹ ਕੀ ਕਹਿੰਦੇ ਨੇ, ਕਿਹੋ ਜਿਹਾ ਸੰਸਦ ਚਾਹੁੰਦੇ ਨੇ। ਸਾਡੇ ਨਾਲ ਭਾਈ ਸਾਹਿਬ ਗੱਡੀ ਦੇ ਵਿੱਚ ਬੈਠੇ ਨੇ, ਆਪਾਂ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਕਿ ਇਹ ਕੀ ਕਹਿਣਾ ਚਾਹੁੰਦੇ ਨੇ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਭਾਈ ਸਾਹਿਬ ਆਪਾਂ 2024 ਦੀ ਇਲੈਕਸ਼ਨ ਜਿਹੜੀ ਆ ਰਹੀ ਆ ਅਤੇ ਉਹਦੇ ਜਿਹੜਾ ਮੈਂਬਰ ਪਾਰਲੀਮੈਂਟ ਆ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਚਾਹੁੰਦੇ ਹੋ ਜੀ? ਠੀਕ ਹੈ, ਜਿਹੜੀ ਗੱਲ ਕਿਸੇ ਦੀ ਸੁਣ ਰਹੀ ਆਮ ਆਦਮੀ ਪਾਰਟੀ ਦੀ ਸੁਣਦਾ ਰਹਿਣ ਜੀ, ਇਸਮੇਂ ਆਏਗੀ ਆਮ ਆਦਮੀ ਪਾਰਟੀ ਦੁਬਾਰਾ ਆਏਗੀ ਆਮ ਆਦਮੀ ਪਾਰਟੀ ਦੁਬਾਰਾ। ਚਲੀਏ, ਬਹੁਤ ਧੰਨਵਾਦ ਸਰ। ਸੋ ਦੋਸਤੋ ਜੇ ਆਪਾਂ ਇਹਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ, ਸਾਰਿਆਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਆਪਣੀ ਆਪਣੀ ਭਾਵਨਾਵਾਂ ਕਿਸ ਤਰ੍ਹਾਂ ਦਾ ਐਮ ਪੀ ਚਾਹੁੰਦੇ ਨੇ। ਸੋ ਅਸੀਂ ਕੋਸ਼ਿਸ਼ ਕੀਤੀ ਆ ਕਿ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ, ਕੀ ਕਿਹਾ ਉਹਨਾਂ ਨੇ, ਆਪਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਇਹ ਗੱਲ ਪਹੁੰਚਾਵਾਂਗੇ। ਹੁਸ਼ਿਆਰਪੁਰ ਤੋਂ ਲਿਵਿੰਗ ਇੰਡੀਆ ਨਿਊਜ਼ ਲਈ ਦਲਜੀਤ ਅਜਨੋਹਾ।